ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੁਧਿਆਣਾ ਫਿਰੋਜ਼ਪੁਰ ਰੋਡ ਤੇ ਪਿੰਡ ਝਾਂਡੇ ਵਿਖੇ ਸ਼੍ਰੀ ਗੁਰੂ ਨਾਨਕ ਦਰਬਾਰ ਦੇ ਪ੍ਰਮੁੱਖ ਸੰਤ ਰਾਮਪਾਲ ਸਿੰਘ ਨੂੰ ਪਾਰਟੀ ਦਾ ਸੀਨੀਅਰ ਵਾਈਸ ਚੇਅਰਮੈਨ ਨਿਯੁਕਤ ਕੀਤਾ ਹੈ। ਸੁਖਬੀਰ ਨੇ ਉਹਨਾਂ ਨੂੰ ਇਹ ਉਪਾਧੀ ਸ਼੍ਰੀ ਗੁਰੂ ਨਾਨਕ ਦਰਬਾਰ ਵਿੱਚ ਖੁਦ ਜਾ ਕੇ ਦਿੱਤੀ। ਸੰਤ ਰਾਮਪਾਲ ਸਿੰਘ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਉਹਨਾਂ ਦਾ ਪਰਿਵਾਰ ਸ਼ੁਰੂ ਤੋਂ ਹੀ ਅਕਾਲੀ ਦਲ ਨਾਲ ਸੰਬੰਧਿਤ ਰਿਹਾ ਹੈ ਅਤੇ ਉਹਨਾਂ ਨੂੰ ਜੋ ਵੀ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਉਸ ਨੂੰ ਪੂਰੀ ਤਰ੍ਹਾਂ ਨਿਭਾਉਣ ਦੀ ਕੋਸ਼ਿਸ਼ ਕਰਨਗੇ। ਉਹਨਾਂ ਕਿਹਾ ਕਿ ਉਹਨਾਂ ਦਾ ਪਰਿਵਾਰ ਪੰਥਕ ਪਰਿਵਾਰ ਹੈ ਅਤੇ ਸ਼ੁਰੂ ਤੋਂ ਹੀ ਅਕਾਲੀ ਦਲ ਦੀ ਨੀਤੀਆਂ ਤੋਂ ਪ੍ਰਭਾਵਿਤ ਰਿਹਾ ਹੈ। ਪਹਿਲਾਂ ਤਾਂ ਮੈਂ ਸਾਰੇ ਸਮੁੱਚੇ ਪੰਜਾਬੀ ਨਾਮ ਨੇਬਾ ਗੁਰੂ ਨਾਨਕ ਦਰਬਾਰ ਤੇ ਜਿਹੜੇ ਆਪਣੇ ਦੇਸਾਂ ਪ੍ਰਦੇਸਾਂ ਪੰਜਾਬੀ ਭਾਈਚਾਰਾ, ਮੈਂ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣਾ। ਸੁਖਬੀਰ ਸਿੰਘ ਜੀ ਸਾਨੂੰ ਤਾਂ ਅਹੁਦਾ ਦੇ ਕੇ ਗਏ ਨੇ, ਮੇਰਾ ਪਿਛਲਾ ਪਿਛੋਕੜ ਵੀ ਅਕਾਲੀ ਦਲ ਨਾਲ ਸੀ, ਪਰਿਵਾਰ ਵੀ ਅਕਾਲੀ ਦਲ ਨਾਲ ਸੀ ਸਾਡਾ ਖੜਾ, ਅਤੇ ਕੁਛ ਮਹਾਰਾਜ ਦੀ ਕਿਰਪਾ ਨਾਲ, ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਆਪ ਜੀ ਦੇ ਹਿਰਦੇ ਨੂੰ ਲੱਗੀ ਹੈ। ਲੇਕਿਨ ਉਹਨਾਂ ਨੇ ਜੋ ਮੈਨੂੰ ਦੇਖਤਾ ਸਰੋਪੋ ਸਾਹਿਬ ਅਤੇ ਸੀਨੀਅਰ ਮੀਤ ਪ੍ਰਧਾਨ ਬਣਾਇਆ ਹੈ ਅਕਾਲੀ ਦਲ ਦਾ ਪੰਜਾਬ ਦਾ, ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਸਰਦਾਰ ਸੁਖਬੀਰ ਸਿੰਘ ਜੀ ਪ੍ਰਧਾਨ ਸਾਡੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ, ਉਹਨਾਂ ਦੇ ਆਏ ਸ਼ਵਾਲਕ ਸਿੰਘ ਜੀ, ਦਰਸ਼ਨ ਸਿੰਘ ਜੀ ਸਵਾਲਕ, ਮਹੇਸ਼ਿੰਦਰ ਸਿੰਘ ਜੀ ਗਰੇਵਾਲ ਸਾਹਿਬ ਆਏ, ਮੈਂ ਉਹਨਾਂ ਦਾ ਵੀ ਸਵਾਗਤ ਕਰਦਾ। ਅਤੇ ਬੇਨਤੀ ਹੈ ਕਿ ਸਾਨੂੰ ਅਹੁਦਾ ਦੇ ਕੇ ਜੋ ਗਏ ਨੇ ਇਹ ਅਹੁਦਾ ਤਾਂ ਦਿੱਤਾ ਗਿਆ, ਅਸੀਂ ਪੰਥਕ ਪਰਿਵਾਰ ਹਾਂ, ਪਹਿਲੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ, ਸਭ ਤੋਂ ਪਹਿਲਾਂ ਸਾਡਾ ਜਿਹੜਾ ਧਾਰਮਿਕ ਵਿਸ਼ਾ ਉਹ ਸਾਡਾ ਗੁਰੂ ਗ੍ਰੰਥ ਸਾਹਿਬ ਨਾਲ ਅਤੇ ਸ਼੍ਰੋਮਣੀ ਨਾਲ ਅਕਾਲੀ ਦਲ ਨਾਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਜੁਆਇੰਟ ਆ। ਇਸ ਕਰਕੇ ਕੁਛ ਸੁਖਬੀਰ ਸਿੰਘ ਜੀ ਦੇ ਜੋ 10 ਸਾਲਾਂ ਦੇ ਕਾਰਜ ਸਨ ਪ੍ਰਧਾਨ ਹੋਰਾਂ ਦੇ, ਉਹਨਾਂ ਦੇ ਮੁਤੱਲਕ ਮੈਨੂੰ ਪੰਜਾਬ ਦੇ ਵਿੱਚ ਅੱਜ ਉਦਾਸੀ ਆ ਰਹੀ ਹੈ ਕਿ ਉਹਨਾਂ ਕੁਛ ਹੋ ਨਹੀਂ ਰਿਹਾ ਜੋ ਸਰਦਾਰ ਸੁਖਬੀਰ ਸਿੰਘ ਜੀ ਕਰ ਗਏ ਨੇ। ਸੋ ਮੇਰੇ ਮਨ ਦੀ ਚਾਹਨਾ ਹੈ ਕਿ ਸਰਦਾਰ ਸੁਖਬੀਰ ਸਿੰਘ ਜੀ ਨੂੰ ਰੱਬ ਤਾਕਤ ਦੇਵੇ, ਜੋ ਸਾਨੂੰ ਸੇਵਾ ਲਾਣਗੇ ਅਸੀਂ ਉਹਨੂੰ ਤਨ ਮਨ ਨਾਲ ਨਿਭਾਵਾਂਗੇ। ਬਿਊਰੋ ਰਿਪੋਰਟ, ਲੁਧਿਆਣਾ ਵਿਊ।